ਪੂਰੇ ਮੁਲਕ ਅਤੇ ਮੀਡੀਆ ਵਿੱਚ ਮੋਦੀ ਮੋਦੀ ਦਾ ਸ਼ੋਰ ਹੈ, ਪਰ ਪੰਜਾਬੀਆਂ ਦੇ ਦਿਲ ਵਿੱਚ ਕੋਈ ਹੋਰ ਹੈ। ਤੇ ਪੂਰੇ ਉੱਤਰੀ ਭਾਰਤ ਵਿੱਚ ਪੰਜਾਬ ਐਸਾ ਵਾਹਿਦ ਸੂਬਾ ਹੈ ਜਿੱਥੇ ਬੀਜੇਪੀ ਬਿਲਕੁਲ ਹਾਸ਼ੀਏ ਤੇ ਹੈ। ਤੇ ਇਹ ਅਸੀਂ ਨਹੀਂ ਬਲਕਿ ਹੁਣ ਤੱਕ ਲਗਾਤਾਰ ਸਾਹਮਣੇ ਆਏ ਚੋਣ ਸਰਵੇਖਣਾਂ ਦੇ ਅੰਕੜੇ ਖੁਦ ਬੋਲ ਰਹੇ ਨੇ। ਤੇ ਮੋਦੀ ਦੀ ਅਗਵਾਈ ਵਿੱਚ ਲੜੀ ਗਈ 2014 ਦੀ ਲੋਕ ਸਭਾ ਚੋਣ ਸਮੇਤ ਉਸ ਤੋਂ ਬਾਅਦ ਪੰਜਾਬ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਅੰਕੜੇ ਸਾਬਤ ਕਰ ਰਹੇ ਨੇ ਕਿ ਪੰਜਾਬੀ ਬੀਜੇਪੀ ਨੂੰ ਨਕਾਰ ਰਹੇ ਨੇ। ਪੰਜਾਬ ਇਕੱਲਾ ਐਸਾ ਸੂਬਾ ਹੈ ਜਿੱਥੇ 2009 ਤੋਂ 2014 ਦਰਮਿਆਨ ਬੀਜੇਪੀ ਦਾ ਵੋਟ ਸ਼ੇਅਰ ਲਗਾਤਾਰ ਹੇਠਾਂ ਡਿੱਗਾ ਹੈ। 2009 ਵਿੱਚ ਬੀਜੇਪੀ ਦਾ ਵੋਟ ਸ਼ੇਅਰ 10.1% ਰਿਹਾ, ਤਾਂ 2014 ਵਿੱਚ ਜਦੋਂ ਮੋਦੀ ਦੀ ਸੁਨਾਮੀ ਪੂਰੇ ਮੁਲਕ ਵਿੱਚ ਚੱਲ ਰਹੀ ਸੀ ਤਾਂ ਉਦੋਂ ਵੋਟ ਸ਼ੇਅਰ 8.7% ਰਿਹਾ। ਇਹ ਗਿਰਾਵਟ 2017 ਵਿੱਚ ਵਿਧਾਨ ਸਭਾ ਚੋਣਾਂ ਵਿੱਚ ਹੋਰ ਨਿਵਾਣਾਂ ਤੱਕ ਜਾ ਪਹੁੰਚੀ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਨੂੰ ਮਹਿਜ 5.4% ਵੋਟ ਮਿਲੇ, ਜੋ ਪਿਛਲੇ 25 ਵਰ੍ਹਿਆਂ ਵਿੱਚ ਸਭ ਤੋਂ ਵੱਡੀ ਗਿਰਾਵਟ ਹੈ। ਸੋ ਇੱਥੇ ਵੱਡਾ ਸਵਾਲ ਉੱਠਦਾ ਹੈ ਕਿ ਬੀਜੇਪੀ ਇੱਕ ਪਾਸੇ ਜਿੱਥੇ ਪੂਰੇ ਮੁਲਕ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸਾਰੇ ਸੂਬਿਆਂ ਵਿੱਚ ਉੱਭਰ ਰਹੀ ਹੈ, ਤਾਂ ਪੰਜਾਬ ਵਿੱਚ ਲਗਾਤਾਰ ਹਾਸ਼ੀ ਵੱਲ ਕਿਉਂ ਜਾ ਰਹੀ ਹੈ? ਬੀਜੇਪੀ ਦੇ ਪੰਜਾਬ ਤੋਂ ਕੁਝ ਆਗੂਆਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਪੰਜਾਬ ਵਿੱਚ ਪੂਰੀ ਤਰ੍ਹਾਂ ਮਕਬੂਲ ਨੇ, ਪਰ ਨਤੀਜੇ ਮਾੜੇ ਆਉਣ ਪਿੱਛੇ ਵਜ੍ਹਾ ਉਹਨਾਂ ਦਾ ਅਕਾਲੀ ਦਲ ਨਾਲ ਗੱਠਜੋੜ ਹੈ, ਤੇ ਇਸ ਸਭ ਲਈ ਅਕਾਲੀ ਦਲ ਦੀ ਮਾੜੀ ਸਾਖ ਜ਼ਿੰਮੇਵਾਰ ਹੈ। ਸੋ ਇਹ ਦਾਅਵੇ ਨੇ, ਪਰ ਅੰਕੜੇ ਕੁਝ ਹੋਰ ਕਹਿ ਰਹੇ ਨੇ। ਤਾਂ ਮੰਨਿਆ ਜਾਵੇ ਕਿ ਪੰਜਾਬ ਦੀ ਜਨਤਾ ਮੋਦੀ ਨੂੰ ਪਸੰਦ ਨਹੀਂ ਕਰਦੀ, ਪੂਰੇ ਮੁਲਕ ਵਿੱਚ ਪੀਐਮ ਮੋਦੀ ਦੀ ਲਹਿਰ ਦਾ ਗ੍ਰਾਫ ਪੰਜਾਬ ਵਿੱਚ ਕਿਉਂ ਹੇਠਾਂ ਹੈ? ਲੋਕ ਨੀਤੀ CSDS ਵੱਲੋਂ ਕਰਵਾਏ ਪ੍ਰੀ ਪੋਲ ਸਰਵੇਖਣਾਂ ਵਿੱਚ ਇਹ ਗੱਲ ਮੋਟੇ ਤੌਰ 'ਤੇ ਉੱਭਰ ਕੇ ਸਾਹਮਣੇ ਆਈ ਹੈ ਕਿ ਪੰਜਾਬ ਵਿੱਚ ਪੀਐਮ ਮੋਦੀ ਦੇ ਖਿਲਾਫ ਇੱਕ ਨੈਗੇਟਿਵ ਲਹਿਰ ਹੈ। ਹਾਲਾਂਕਿ ਇਸ ਸਰਵੇਖਣ ਵਿੱਚ ਕੇਰਲਾ ਅਤੇ ਤਾਮਿਲਨਾਡੂ ਪੀਐਮ ਮੋਦੀ ਖਿਲਾਫ ਨੈਗੇਟਿਵ ਲਹਿਰ ਵਿੱਚ ਪੰਜਾਬ ਤੋਂ ਅੱਗੇ ਹਨ, ਪਰ ਗੈਰ ਦੱਖਣ ਭਾਰਤੀ ਸੂਬੇ ਪੰਜਾਬ ਵਿੱਚ -29% ਦਾ ਅੰਕੜਾ ਕਈ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ। ਜਿੰਦਲ ਸਕੂਲ ਆਫ ਇੰਟਰਨੈਸ਼ਨਲ ਅਫੇਅਰਸ ਦੇ ਤ੍ਰਿਦਿਵੇਸ਼ ਸਿੰਘ ਮੈਣੀ ਮੁਤਾਬਕ ਪੰਜਾਬ ਹਮੇਸ਼ਾ ਕੌਮੀ ਲਹਿਰ ਦੇ ਖਿਲਾਫ ਰਿਹਾ ਹੈ ਤੇ ਪੰਜਾਬ ਹਮੇਸ਼ਾ ਨਿਰਕੁਸ਼ ਤੌਰ ਤਰੀਕਿਆਂ ਤੋਂ ਨਾਬਰ ਹੈ। ਉਹ ਉਸੇ ਕੇਂਦਰ ਸਰਕਾਰ ਦੇ ਹਮਾਇਤੀ ਰਹੇ ਨੇ ਜੋ ਫੈਡਰਲ ਤਾਣੇ ਬਾਣੇ ਵਿੱਚ ਯਕੀਨ ਰੱਖਦੀ ਹੈ। ਲੋਕ ਨੀਤੀ CSDS ਦੇ ਸਰਵੇਖਣ ਮੁਤਾਬਕ ਮੋਦੀ ਨੂੰ ਸਿੱਖ, ਈਸਾਈ ਅਤੇ ਮੁਸਲਿਮ ਨਾਲੋਂ ਜ਼ਿਆਦਾ ਨਾਪਸੰਦ ਕਰਦੇ ਨੇ। ਲੋਕਾਂ ਨੂੰ ਪੁੱਛੇ ਇਹ ਸਵਾਲ ਕਿ ਉਹ ਮੋਦੀ ਨੂੰ ਦੁਬਾਰਾ PM ਵਜੋਂ ਵੇਖਣਾ ਚਾਹੁੰਦੇ ਹਨ, ਤਾਂ 68% ਸਿੱਖਾਂ ਦਾ ਜਵਾਬ ਨਾ ਵਿੱਚ ਸੀ ਤੇ ਸਿਰਫ 21% ਦਾ ਮੰਨਣਾ ਸੀ ਕਿ ਦੁਬਾਰਾ ਮੌਕਾ ਮਿਲਣਾ ਚਾਹੀਦਾ ਹੈ, ਜਦਕਿ 11% ਨੇ ਕੋਈ ਜਵਾਬ ਨਹੀਂ ਦਿੱਤਾ। ਪੰਜਾਬ ਵਿੱਚ ਜ਼ਿਆਦਾਤਰ ਸਿੱਖ ਵਸੋਂ ਹੈ, ਸੋ ਬੀਜੇਪੀ ਹਾਸ਼ੀਏ ਤੇ ਕਿਉਂ ਹੈ ਇਹ ਸਮਝਿਆ ਜਾ ਸਕਦਾ ਹੈ। ਤਰਨ ਤਾਰਨ ਨਾਲ ਸੰਬੰਧਿਤ ਗੁਰਤੇਜ ਸਿੰਘ ਪੰਨੂ ਨਾਮੇ ਇੱਕ ਸ਼ਖਸ ਦਾ ਮੰਨਣਾ ਹੈ ਕਿ ਉਹ ਪੰਜਾਬ ਦਾ ਸਨਮਾਨ ਨਹੀਂ ਕਰਦੇ। ਮੋਦੀ ਦੇ ਪੰਜਾਬ ਵਿੱਚ ਲੱਗੇ ਬਹੁਤੇ ਪੋਸਟਰ ਤੇ ਹੋਰਡਿੰਗ ਹਿੰਦੀ ਵਿੱਚ ਹਨ, ਪੰਜਾਬੀ ਵਿੱਚ ਨਹੀਂ। ਉਹ ਸਾਡੇ ਵੋਟ ਲੈਣਾ ਹੀ ਨਹੀਂ ਚਾਹੁੰਦੇ। ਪੰਨੂ ਮੁਤਾਬਕ ਜਦੋਂ ਉਹ ਸਿਰਫ ਇੱਕ ਧਰਮ ਵਿਸ਼ੇਸ਼ ਦਾ ਹੀ ਪ੍ਰਚਾਰ ਕਰਨਗੇ ਤਾਂ ਦੂਜੇ ਧਰਮਾਂ ਦੇ ਲੋਕਾਂ ਵਿੱਚ ਵਿਰੋਧੀ ਭਾਵਨਾ ਕੁਦਰਤੀ ਆਵੇਗੀ। ਉਹਨਾਂ ਨੇ ਯੋਗੀ ਆਦਿੱਤਿਆਨਾਥ ਦੀਆਂ ਤਕਰੀਰਾਂ ਤੇ ਵੀ ਨਾਰਾਜ਼ਗੀ ਜਤਾਈ ਹੈ। ਪੂਰੇ ਮੁਲਕ ਵਿੱਚ ਬੇਸ਼ੱਕ ਬੀਜੇਪੀ ਰਾਸ਼ਟਰੀ ਸੁਰੱਖਿਆ ਦੇ ਮੁੱਦੇ ਨੂੰ ਉਭਾਰ ਰਹੀ ਹੈ, ਪਰ ਸੀ ਵੋਟਰ ਵੱਲੋਂ 3 ਮਈ ਨੂੰ ਕਰਵਾਏ ਸਰਵੇਖਣ ਮੁਤਾਬਕ ਸਿਰਫ 2.1% ਪੰਜਾਬੀਆਂ ਦਾ ਮੰਨਣਾ ਹੈ ਕਿ ਰਾਸ਼ਟਰੀ ਸੁਰੱਖਿਆ ਅਹਿਮ ਚੋਣ ਮੁੱਦਾ ਹੈ, ਜੋ ਕਿ ਪੂਰੇ ਮੁਲਕ ਵਿੱਚ ਸਭ ਤੋਂ ਘੱਟ ਹੈ। ਹਾਲਾਂਕਿ ਇਸ ਦੀ ਗਵਾਹੀ 2017 ਅਸੈਂਬਲੀ ਚੋਣਾਂ ਨੇ ਵੀ ਭਰੀ ਸੀ, ਜਦੋਂ 2016 ਵਾਲੀ ਸਰਜੀਕਲ ਸਟ੍ਰਾਈਕ ਦੇ ਬਾਵਜੂਦ ਪੰਜਾਬ ਵਿੱਚ ਬੀਜੇਪੀ ਨੂੰ ਹੁੰਗਾਰਾ ਨਹੀਂ ਮਿਲਿਆ ਸੀ, ਜਦਕਿ ਇਸ ਮੁੱਦੇ 'ਤੇ ਬੀਜੇਪੀ ਉੱਤਰ ਪ੍ਰਦੇਸ਼ ਵਿੱਚ ਹੂੰਝਾ ਫੇਰ ਗਈ ਸੀ। ਲੋਕ ਨੀਤੀ CSDS ਦੇ ਸਰਵੇਖਣ ਮੁਤਾਬਕ ਉਸ ਵੇਲੇ ਸਿਰਫ 19.6% ਲੋਕਾਂ ਨੇ ਸਰਜੀਕਲ ਸਟ੍ਰਾਈਕ ਨੂੰ ਅਹਿਮ ਮੁੱਦਾ ਦੱਸਿਆ ਸੀ, ਜਦਕਿ 25.7% ਦੀ ਨਜ਼ਰ ਵਿੱਚ ਇਹ ਮੁੱਦਾ ਨਹੀਂ ਸੀ। ਅੰਮ੍ਰਿਤਸਰ ਵਾਸੀ ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਦੇ ਸਿੱਖ ਪੀਐਮ ਮੋਦੀ ਦੀ ਪਾਕਿਸਤਾਨ ਬਾਰੇ ਨੀਤੀ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਨ। ਬੀਜੇਪੀ ਮੀਡੀਆ ਦੇ ਪ੍ਰਚਾਰ ਜ਼ਰੀਏ ਜੰਗ ਵਰਗਾ ਮਾਹੌਲ ਲਗਾਤਾਰ ਬਣਾਉਂਦੀ ਰਹੀ ਹੈ, ਪਰ ਸਰਹੱਦੀ ਇਲਾਕਾ ਹੋਣ ਕਰਕੇ ਤਣਾਅ ਵਾਲੇ ਮਾਹੌਲ ਦਾ ਸਭ ਤੋਂ ਵੱਧ ਖਮਿਆਜ਼ਾ ਸਾਨੂੰ ਭੁਗਤਣਾ ਪੈਂਦਾ ਹੈ। ਕਰਤਾਰਪੁਰ ਸਾਹਿਬ ਕੋਰੀਡੋਰ ਦਾ ਸਿਹਰਾ ਬੇਸ਼ੱਕ ਮੋਦੀ ਸਰਕਾਰ ਆਪਣੇ ਸਿਰ ਬਣਦੀ ਰਹੀ ਹੈ, ਪਰ ਪੰਜਾਬ ਵਿੱਚ ਸਰਵੇਖਣ ਇਹ ਖੁਲਾਸਾ ਕਰਦੇ ਨੇ ਕਿ ਜ਼ਿਆਦਾਤਰ ਪੰਜਾਬੀ ਇਸ ਲਈ ਨਵਜੋਤ ਸਿੰਘ ਸਿੱਧੂ ਦੀਆਂ ਕੋਸ਼ਿਸ਼ਾਂ ਨੂੰ ਜ਼ਿੰਮੇਵਾਰ ਮੰਨਦੇ ਨੇ, ਨਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ। ਸੋ ਇਹਨਾਂ ਅੰਕੜਿਆਂ 'ਤੇ ਯਕੀਨ ਕਰੀਏ ਤਾਂ ਪੂਰੇ ਭਾਰਤ ਨੂੰ ਭਗਵੇਂ ਰੰਗ ਵਿੱਚ ਰੰਗਣ ਦੀਆਂ ਕੋਸ਼ਿਸ਼ਾਂ ਦਰਮਿਆਨ ਪੰਜਾਬ ਬੀਜੇਪੀ ਲਈ ਅਜੇਤੂ ਕਿਲ੍ਹਾ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।